हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਤੇ ਕਿਸਾਨ ਵੀਰਾਂ ਦੇ ਸਵਾਲ ਆਏ ਸੀਗੇ ਕਿ ਜਿਹੜਾ ਹੈਗਾ ਤੇਲੇ ਵਾਸਤੇ ਹੁਣ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਜਾਂ ਨਹੀਂ ਝੋਨਾ ਜਿਹੜਾ 20 ਦਿਨ ਲੈਂਦਾ 25 ਦਿਨ ਲੈਂਦਾ ਜਾਂ ਉਹਦੋਂ ਕੱਟ ਸਮਾਂ ਤਾਂ ਉਹਦੇ ਬਾਰੇ ਕਿਸਾਨ ਵੀਰੋ ਇਹ ਹੈ ਕਿ ਜਿਹੜਾ ਹੁਣ ਮੌਸਮ ਹੋਇਆ ਕਿਉਂਕਿ ਮੀਂਹ ਕਾਫੀ ਜ਼ਿਆਦਾ ਪੈ ਗਿਆ ਟੈਂਪਰੇਚਰ ਡਾਊਨ ਆ ਗਿਆ ਦੰਦਾ ਦਾ ਤਾਪਮਾਨ 31 ਤੇ ਜਾ ਰਿਹਾ ਹੈ ਤੇ ਰਾਤ ਦਾ ਜਾ ਰਿਹਾ 23 24 ਡਿਗਰੀ ਤੇ ਨੇੜੇ-ਨੇੜ। ਇਸ ਤਾਪਮਾਨ ਦੇ ਉੱਤੇ ਕਿਉਂਕਿ ਐਵਰੇਜ ਤਾਪਮਾਨ ਜਿਹੜਾ ਆਪਾਂ ਕੱਢੀਏ ਦਾ ਮੀਨ ਟੈਂਪਰੇਚਰ ਤਾਂ ਤਕਰੀਬਨ 25 26 ਕੁ ਬਣਦਾ। ਤਾਂ ਇਹ ਤਾਪਮਾਨ ਤੇ ਮੇਰਾ ਕੱਲ ਜਿਹੜਾ ਤੇਲਾ ਉਹ ਮਲਟੀਪਲਾਈ ਨਹੀਂ ਕਰਦਾ ਹੈਗਾ। ਜੇ ਤਾਪਮਾਨ ਇਹ ਦੁੱਚਾ ਜਾਂਦਾ 2 ਡਿਗਰੀ 3 ਡਿਗਰੀ ਤੱਕ। ਤਾਂ ਫੇਰ ਦੁਬਾਰਾ ਮਲਟੀਪਲਾਈ ਕਰ ਸਕਦਾ ਜਿੱਥੇ ਹਮਲਾ ਹੈਗਾ ਜਿੱਥੇ ਥੋੜੇ ਬਹੁਤੇ ਤੇਲੇ ਦੇ ਦਾਣੇ ਹੈਗੇ ਆ ਪਰ ਜੇ ਇੱਕ ਦੋ ਦਾਣੇ ਤਿੰਨ ਦਾਣੇ ਕਿਤੇ ਫਿਰਦੇ ਬਹੁਤਾ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ ਹਾਂ ਜਿੱਥੇ ਤੁਸੀਂ ਸਪਰੇਅ ਕੀਤੀ ਸੀਗੀ ਉੱਥੇ ਨਾਲ ਦੀ ਨਾਲ ਮੀਂਹ ਪਿਆ ਤੇ ਤੇਲੇ ਦਾ ਹਮਲਾ ਹੈਗਾ ਜੀ ਨਜ਼ਰ ਆ ਰਿਹਾ ਕਿਉਂਕਿ ਨਵੇਂ ਸਿਰੋਂ ਜੇ ਤੁਹਾਡੇ ਖੇਤ ਦੇ ਵਿੱਚ ਤੇਲਾ ਹੈ ਨਹੀਂ ਝੋਨਾ ਵੀ ਨਹੀਂ ਲੈ ਜੂ ਤੁਸੀਂ ਇਸ ਡਰ ਤੋਂ ਕਰਨੀ ਕਿ ਤੇਲ ਨਾ ਪੈ ਨਾ ਜਾਵੇ ਫੇਰ ਤਾਂ ਤੁਸੀਂ ਨਾ ਕਰੋ ਬਿਲਕੁਲ ਵੀ ਜੇ ਤੁਹਾਡੇ ਤੇਲੇ ਦਾ ਹਮਲਾ ਜ਼ਿਆਦਾ ਹੈ ਤਾਂ ਫਿਰ ਤੁਸੀਂ ਕਰ ਸਕਦੇ ਜੇ ਤੁਹਾਡੀ ਸਪਰੇਅ ਕੀਤੀ ਨੂੰ ਮੰਨ ਲਓ ਤੁਸੀਂ ਮੀਂਹ ਪੈਣ ਤੋਂ 2 ਦਿਨ ਪਹਿਲਾਂ ਸਪਰੇਅ ਕੀਤੀ ਸੀਗੀ ਤੇ ਤੇਲਾ ਮਾੜਾ ਮੋਟਾ ਤੁਰਿਆ ਫਿਰਦਾ ਫਿਰ ਵੀ ਨਹੀਂ ਘਭਰਾਉਣ ਦੀ ਜ਼ਰੂਰਤ ਕਿਉਂਕਿ ਉਸ ਸਪਰੇਅ ਦੇ ਤੁਹਾਨੂੰ ਨਤੀਜੇ ਆ ਜਿਹੜੇ ਉਹ ਠੀਕ ਮਿਲਣਗੇ ਕਿਉਂਕਿ ਜਿਹੜਾ ਕੁਝ ਟਾਈਮ ਲੱਗ ਜਾਂਦਾ ਹੈ ਜਿਹੜਾ ਹੈਗਾ ਸਪਰੇਅ ਦਾ ਇਹਨਾਂ ਦਾ ਜਿਹੜੇ ਤੁਸੀਂ ਟੈਕਨੀਕਲ ਵਰਤਦੇ ਆ ਖਾਸ ਤੌਰ ਤੇ ਫਾਈ ਮੈਟਰੋਜ਼ਨ ਜਾਂ ਡਾਈਨੋਟੀਫਰੋਨ ਤੇ 2 4 5 ਦਨ 7 ਦਿਨ ਤੱਕ ਆਪਾਂ ਨੂੰ ਜਿਹੜੀ ਹੈਗੀ ਹੈ ਵੇਟ ਕਰਨੀ ਚਾਹੀਦੀ ਹੈ ਸੋ ਇੰਨੀ ਜਿਹੜੀ ਹੈ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਤੇਲੇ ਵਾਸਤੇ ਜਿੱਥੇ ਆਪਣਾ ਦਾਣਾ ਬਣ ਚੁੱਕਿਆ ਹੈ ਜਾਂ ਜਿੱਥੇ ਝੋਨਾ 15 ਦਿਨ ਲੈਂਦਾ ਹੈ ਮੰਨ ਲਓ ਤਕਰੀਬਨ ਜਿਹੜੇ ਹੈਗੇ ਆਧ ਪਚਾ ਦਾਣੇ ਉਦੋਂ ਤੱਕ ਸਖਤ ਹੋਣੇ ਸ਼ੁਰੂ ਹੋ ਜਾਂਦੇ ਹੋ ਚੁੱਕੇ ਹੁੰਦੇ ਆ ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਜਿਹੜਾ 15 ਦਿਨ ਪਹਿਲਾਂ ਤਾਂ ਆਪਾਂ ਵੈਸੇ ਵੀ ਜਿਹੜਾ ਹੈਗਾ ਪਾਣੀ ਰੋਕ ਦੇਣਾ ਹੁੰਦਾ ਤੇ ਦਾਣੇ ਦੇ ਆਪਾਂ ਪੱਕਣ ਦਾ ਜਿਹੜਾ ਮੌਇਸਚਰ ਆ ਉਹਦਾ ਵਾਡੀ ਵਾਸਤੇ ਜਿਹੜਾ ਮoiਸਚਰ ਹੋ ਜਵੇ ਇਹ ਦਾਣਾ ਸਖਤ ਹੋ ਜਾਂਦਾ ਹੁੰਦਾ ਆਪਾਂ ਨੂੰ ਉਸ ਮoiਸਚਰ ਤੇ ਲਿਆਉਣਾ ਹੁੰਦਾ ਜਿਹੜਾ ਕਿ ਮੰਡੀ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਹੁੰਦਾ ਤਾਂ ਕਰਕੇ ਆਪਾਂ ਜਿਹੜੀ ਹੈਗੀ ਆਪਾਂ ਨੂੰ ਵੇਟ ਕਰਨੀ ਪੈਂਦੀ ਕੁਝ ਦਿਨ ਪਰ ਦਾਣਾ ਪਣ ਚੁੱਕਿਆ ਹੁੰਦਾ ਸੋ ਇਸ ਵਿੱਚ ਜਿਹੜਾ ਹੈਗਾ ਆਪਾਂ ਕੋਈ ਇਹ ਨਹੀਂ ਕਿ ਹੁਣ ਆਪਾਂ ਦੁਬਾਰਾ ਸਪਰੇਅ ਕਰਦੇ ਕਿ ਸਾਡੇ ਖੇਤ ਚ ਤੇਲਾ ਨਾ ਆ ਜੇ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਜਿਸ ਤਰ੍ਹਾਂ ਜਿਹੜਾ ਹੈਗਾ ਹੁਣ ਇੱਕ ਵਾਰ ਮੌਸਮ ਹੋ ਗਿਆ ਜੇ ਤਾਮਨ ਵਤ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਆਪਾਂ ਜਾਣਕਾਰੀ ਵੀ ਸਾਂਝੀ ਕਰਦੇ ਆਂਗੇ ਪਰ ਉੱਥੇ ਫਿਰ ਮਲਟੀਪਲਾਈ ਕਰ ਸਕਦਾ ਪਰ ਅਜੇ ਹਾਲ ਦੀ ਘੜੀ ਜਿਹੜੀ ਕਿਸੇ ਕਿਸਮ ਦੀ ਕੋਈ ਜ਼ਰੂਰਤ ਨਹੀਂ ਹੈਗੀ ਖੇਤਾਂ ਦੇ ਵਿੱਚ ਕੋਈ ਜਿਹੜਾ ਹੈ ਨਵਾਂ ਤਾਜ਼ਾ ਹਮਲਾ ਕਿਤੇ ਵੀ ਦੇਖਣ ਨੂੰ ਜਿਹੜਾ ਹੈਗਾ ਤੇਲੇ ਦਾ ਨਹੀਂ ਨਜ਼ਰ ਆ ਰਿਹਾ ਸੋ ਇਸ ਗੱਲ ਤੋਂ ਆਪਾਂ ਬਿਲਕੁਲ ਨਹੀਂ ਘਬਰਾੜ ਕਰਨੀ ਹੈਗੀ ਪਾਣੀ ਹੈ ਜਿਹੜਾ ਉਹ ਜ਼ਰੂਰਤ ਅਨੁਸਾਰ ਜਿੱਥੇ ਤੁਸੀਂ ਬਾਹਰ ਕੱਢ ਸਕਦੇ ਖੇਤਾਂ ਦੇ ਵਿੱਚ ਜ਼ਿਆਦਾ ਪਾਣੀ ਖੜਾ ਕਿਤੇ ਬਹੁਤ ਜ਼ਿਆਦਾ ਕਿਉਂਕਿ ਜਿਹੜੀ ਮਿਲਕ ਸਟੇਜ ਤੇ ਜਿੱਥੇ ਜ਼ਿਆਦਾ ਪਾਣੀ ਲੰਬਾ ਸਮਾਂ ਖੜਾ ਰਹਿ ਗਿਆ ਜਾਂ ਜਿਹੜੀ ਫਲਾਵਰਿੰਗ ਤੇ ਹੈ ਕਿਉਂਕਿ ਆ ਪਤਲਾ ਪਤਲਾ ਪਾਣੀ ਰੱਖਣਾ ਹੁੰਦਾ ਫਲਾਵਰਿੰਗ ਕੰਪਲੀਟ ਹੋਣ ਤੱਕ ਦੁੱਧਾ ਪਰਨ ਤੱਕ ਜੇ ਲੰਬਾ ਸਮਾਂ ਵੱਧ ਪਾਣੀ ਮੰਨ ਲਓ 7 5 7 ਇੰਚ ਤੱਕ ਜਿੱਥੇ ਖੜਾ ਜਿਆਦਾ ਪਾਣੀ ਤਾਂ ਉਹਦੇ ਵਿੱਚ ਰੂਟਸ ਡੀਲ ਜਨਰੇਟ ਹੋ ਸਕਦੀਆਂ ਪਾਣੀ ਖੇਚੂ ਕੱਢਣ ਦੀ ਕੋਸ਼ਿਸ਼ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ